ਪੰਜਾਬ ਵੈਦਾਰਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਅਦ ਇਹਨਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਭਾਰਤੀ ਪਹਿਲਵਾਨਾਂ ਨੇ WFI ਮੁਕੀ ਖਿਲਾਫ ਅਬਰੋਧ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰਦਿਆਂ ਕਹੀ ਇਹ ਗੱਲ ਭਾਰਤ ਦੀਆਂ ਚੋਟੀ ਦੀਆਂ ਕੁਝ ਅੰਤਰਰਾਸ਼ਟਰੀ ਰੈਂਕਿੰਗ ਵਾਲੀਆਂ ਮਹਿਲਾ ਪਹਿਲਵਾਨਾਂ ਨੇ ਭਾਇਪਾਦੇ ਸੰਸਦ ਮੈਂਬਰ ਵਰਜਾ ਪੁਸ਼ਨਾ ਸਰਨ ਸੰਘਾ ਜੋ ਕਿ ਭਾਰਤੀ ਕੁਸ਼ਤੀ ਮਹਾਂ ਸੰਘ ਦੇ ਮੁਖੀ ਸੰਨ ਤੇ ਜਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਇਸ ਦੇ ਨਾਲ ਹੀ ਵਰਜਾ ਪੁਸ਼ਨਾ ਖਿਲਾਫ ਕੇਸ ਦਰਜ ਕਰਨ ਤੇ ਫਿਰ ਉਹਦੇ ਗ੍ਰਿਫਤਾਰੀ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਵਿਰੋਧ ਦਾ ਪ੍ਰਦਰਸ਼ਨ ਚੱਲ ਰਿਹਾ ਸੀ ਪ੍ਰਦਰਸ਼ਨਕਾਰੀ ਭਾਰਤੀ ਪਹਿਲਵਾਨਾਂ ਨੇ ਐਤਵਾਰ ਨੂੰ ਡਬਲ ਐਫ ਆਈ ਦੇ ਮੁਖੀ ਬਰਜਾ ਪੂਸ਼ਨਾ ਸ਼ਰਨ ਸਿੰਘ ਖਿਲਾਫ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਅਤੇ ਪ੍ਰਦਰਸ਼ਨਕਾਰੇ ਪਹਿਲਵਾਨਾਂ ਨੇ ਕਹਿ ਕੇ ਬਰਜਾ ਪੂਸ਼ਨਾ ਖਿਲਾਫ ਲੜਾਈ ਸੜਕ ਤੇ ਨਹੀਂ ਸਗੋ ਅਦਾਲਤ ਵਿੱਚ ਲੜੀ ਜਾਵੇਗੀ ਤੇ ਉਹਨਾਂ ਨੇ ਟਵੀਟ ਕਰਦਿਆਂ ਐਲਾਨ ਕੀਤਾ ਕਿ ਉਹ ਆਪਣੀ ਲੜਾਈ ਸੜਕ ਦੀ بجائے ਅਦਾਲਤ ਵਿੱਚ ਹੀ ਲੜਨਗੇ ਪਹਿਲਵਾਨਾਂ ਦੇ ਬਲੋ ਲਗਾਏ ਗਏ ਜਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਪਹਿਲਵਾਨ WFI ਮੁਖੇ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਅਗਲੀ ਖਬਰਾਂ ਫਰੋਹ ਪਰ ਦੇ ਵਿੱਚ ਬਿਜਲੀ ਦੇ ਖੰਬੇ ਦੇ ਨਾਲ ਵਸਦੇ ਟੱਕਰ ਇੱਕ ਦੀ ਮੌਤ ਤੇ ਚਾਰ ਜ਼ਖਮੀ। ਜਿਵੇਂ ਦੋਸਤੋ ਫਰੋਹ ਪਰ ਜ਼ਿਲ੍ਹੇ ਦੇ ਜੈਤੋਈ ਸ਼ਹਿਰ ਦੇ ਬਾਜਾ ਚੌਂਕ ਦੇ ਨੇੜੇ ਇੱਕ ਨਿੱਜੀ ਕੰਪਨੀ ਦੀ ਵਾਹ ਸਬੇਲੀ ਦੇ ਖੰਬੇ ਦੇ ਨਾਲ ਜਾ ਟਕਰਾਈ ਗਈ। ਇਹ ਸਹਾਰਸਰ ਵਿੱਚ ਆਇਆ ਸੜਕ ਤੇ ਖੜੇ ਇੱਕ ਆ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਲਿਆ ਤੇ ਜਾਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਹ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨੌ ਨਵਾਂਦਲੀ ਖ਼ੁਸ਼ਖਬਰੀ ਸਰਕਾਰੀ ਸਕੂਲਾਂ ਦੇ ਵਿੱਚ ਨੌਨ ਟੀਚਿੰਗ ਸਟਾਫ ਦੀ ਹੋਵੇਗੀ ਭਰਤੇ 5000 ਤੋਂ ਬਾਅਦ ਦਾ ਖਾਲੇ ਅਸਾਮੀਆਂ ਤਾਂ ਦੋਸਤੋ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਆਪਣੇ ਚੋਣਾਂ ਵਾਅਦੇ ਦੇ ਹਿੱਸੇ ਦੇ ਵਜੋਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਵਿੱਚ ਸੁਧਾਰ ਦੇ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਤੇ ਜਿੱਥੇ ਪੰਜਾਬ ਦੇ ਬੱਕ ਬੱਕ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਪੰਜਾਬ ਸਰਕਾਰ ਹੁਣ ਗੈਰ ਅਧਿਆਪਕ ਅਸਾਮੀਆਂ ਨੂੰ ਪਾਰੀ ਹੈ ਜਿਸ ਵਿੱਚ 5200 ਦੇ ਕਰੀਬ ਨਨ ਨਾ ਟੀਚਿੰਗ ਸਟਾਫ ਦੀ ਭਰਤੀ ਕੀਤੀ ਜਾਵੇਗੀ। ਅਗਲੀ ਖਬਰ ਹੈ ਹਰਿਆਣਾ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਿਆ ਮੀਂਹ ਅਗਲੇ 4 ਦਿਨਾਂ ਤੱਕ ਪਵੇਗੀ ਬਾਰਿਸ਼। ਤਾਂ ਦੋਸਤੋ ਚੱਕਰਵਾਤੀ ਤੂਫਾਨ ਵੇਪਰ ਜੋਇ ਦੇ ਕਾਰਨ ਕਮਜ਼ੋਰ ਹੋ ਗਿਆ ਮੌਨਸੂਨ ਨੇ ਇੱਕ ਵਾਰ ਫਿਰ ਜੋਰ ਆ ਫੜਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਇੱਕ ਵਾਰ ਮੌਨਸੂਨ ਹਿਮਾਚਲ ਵਾਲੇ ਪਾਸੇ ਤੋਂ ਤੇਜ਼ੀ ਦੇ ਨਾਲ ਦਾਖਲ ਹੁੰਦੇ ਤਿਆਰੀ ਕਰ ਰਿਹਾ ਤੇ ਮੌਨਸੂਨ ਅੱਜ ਟਰਾਈ ਸਿਟੀ ਵੱਲ ਵੱਧ ਸਕਦਾ ਹੈ ਅਤੇ ਇਸ ਦੇ ਨਾਲ ਹੀ ਗਰਮੀ ਦੇ ਤਣਾਅ ਦੇ ਕਾਰਨ ਪੰਜਾਬ ਦੇ ਹੋਰ ਰਾਜਾਂ ਵਿੱਚ ਵੀ ਪ੍ਰੀ ਮੌਨਸੂਨਾ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਅਗਲੇ 4 ਦਿਨ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਪਵੇਗਾ ਪਰ ਇਹ ਪ੍ਰੀ ਮੌਨਸੂਨਾ ਕੀ ਹੋਵੇਗਾ ਤੇ ਹਦੇ ਨਾਲ ਹੀ 30 ਜੂਨ ਤੱਕ ਮੌਨਸੂਨਾ ਪੂਰੇ ਮਾਝਾ ਤੇ ਦੁਆਬਾ ਤੇ 5 ਜੁਲਾਈ ਤੱਕ ਪੂਰੇ ਪੰਜਾਬ ਨੂੰ ਕਵਰ ਕਰ ਸਕਦਾ ਹੈ ਮੌਸਮਾ ਵਿਭਾਗ ਨੇ ਅੱਜ ਟਰਾਈ ਸਿਟੀ ਦੇ ਵਿਚ ਆਮੀ ਪੈਣ ਦੀ ਸੰਭਾਵਨਾ ਜਤਾਈ ਹੈ ਪਤੀ ਦੀ ਜਾਇਦਾਦ ਦੇ ਅੱਧੇ ਹਿੱਸੇ ਦੇ ਹੱਕਦਾਰੇ ਹਾਊਸ ਵਾਈਫ ਹਾਈ ਕੋਰਟ ਦੇ ਅਹਿਮ ਟਿੱਪਣੀ ਤਾਂ ਦੋਸਤੋ ਚਨਈ ਮਦਰਾਸ ਹਾਈ ਕੋਰਟ ਨੇ ਕਿਹਾ ਕਿ ਇੱਕ ਹਾਊਸ ਵਾਈਫ ਆਪਣੇ ਪਤੀ ਦੀ ਅੱਧੀ ਜਾਇਦਾਦ ਦੇ ਹੱਕਦਾਰ ਹੈ ਜਸਟਿਸ ਕ੍ਰਿਸ਼ਨਨ ਰਾਮਾ ਸੁਆਮੀ ਦੇ ਸਿੰਗਲ ਜੱਜ ਬੈਚ ਨੇ ਦੱਸਿਆ ਹੈ ਕਿ ਇੱਕ ਹਾਊਸ ਵਾਈਫ ਆ ਘਰ ਚ ਲਾਉਣ ਦੇ ਲਈ ਆਪਣਾ ਰੋਜ਼ਾਨਾ ਦੇ ਰੁਟੀਨ ਤੋਂ ਬਿਨਾ ਕਿਸੇ ਛੁੱਟੀ ਦੇ 24 ਘੰਟੇ ਕੰਮ ਕਰਦੇ ਆ ਤੇ ਜੱਜ ਦਾ ਕਹਿਣਾ ਹੈ ਕਿ ਘਰ ਦੇ ਦੇਖਭਾਲ ਕਰਨ ਵਾਲੀ ਔਰਤਾਂ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਘਰ ਦੇ ਡਾਕਟਰ ਦੇ ਵਜੋਂ ਵੀ ਕੰਮ ਕਰਦੇ ਆ ਤੇ ਉਹਨਾਂ ਨੇ ਅੱਗੇ ਕਿਹਾ ਕਿ ਔਰਤ ਆਪਣੇ ਪਤੀ ਦੇ ਵੱਲੋਂ ਉਹਦੇ ਕਮਾਈ ਦੇ ਨਾਲ ਖਰੀਦੀ ਜਾਇਦਾਦ ਦੇ ਵਿੱਚ ਬਰਾਬਰ ਹਿੱਸੇਦਾਰੀ ਦੇ ਹੱਕਦਾਰ ਹੋਵੇਗੀ ਅਦਾਲਤ ਨੇ ਕਹਿ ਕੇ ਪਤੀ ਪਰਿਵਾਰ ਦੇ ਦੇਖਭਾਲ ਦੇ ਲਈ ਪਤਨੀ ਦੇ ਸਹਿਯੋਗ ਤੋਂ ਬਿਨਾ ਪੈਸਾ ਨਹੀਂ ਕਮਾ ਸਕਦਾ ਸੀ ਅਦਾਲਤ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਜਾਇਦਾਦ ਪਤੀ ਜਾਂ ਪਤਨੀ ਦੇ ਨਾਂ ਤੇ ਖਰੀਦੀ ਗਈ ਹੋਵੇ ਫਿਰ ਵੀ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਇਹ ਪਤੀ ਪਤਨੀ ਦੁਮਾ ਦੇ ਸਾਂਝੇ ਯਤਨਾਂ ਦੇ ਨਾਲ ਪੈਸੇ ਨਾਲ ਖਰੀਦੀ ਗਿਆ ਤੇ ਆਪਣੇ ਪਤੀ ਅਤੇ ਬੱਚਿਆਂ ਦੀ ਦੇਖਭਾਲ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਤੋਂ ਬਾਅਦ ਇੱਕ ਔਰਤ ਨੂੰ ਆਪਣਾ ਕਹੋਂ ਦੇ ਲਈ ਕੁਝ ਵੀ ਨਹੀਂ ਛੱਡਿਆ ਜਾ ਸਕਦਾ ਅਦਾਲਤ ਨੇ ਕਿਹਾ ਕਿ ਭਾਵੇਂ ਹੁਣ ਤੱਕ ਹਾਊਸਵਾਈਫ ਆਦ ਦੇ ਬਲੋ ਪਾਈ ਯੋਗਦਾਨ ਨੂੰ ਮਾਨਤਾ ਦੇਣ ਦੇ ਲਈ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਪਰ ਅਦਾਲਤਾਂ ਐਸਾ ਯੋਗਦਾਨ ਨੂੰ ਚੰਗੇ ਤਰਾ ਮਾਨਤਾ ਦੇ ਸਕਦੀਆਂ ਹਨ ਅਤੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਜਦੋਂ ਔਰਤਾਂ ਨੂੰ ਉਹਨਾਂ ਦੇ ਬਲਿਦਾਨ ਦੇ ਲਈ ਇਨਾਮ ਦੇਣ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਉਚਿਤ ਇਨਸਾਫ ਮਿਲੇ ਐਸਜੀਪੀਸੀ ਬੱਚਾ ਕੋਈ ਸਰਕਾਰ ਦਖਲ ਨਹੀਂ ਦੇ ਸਕਦੇ ਨਾ ਸੈਂਟਰ ਨਾ ਸਟੇਟ ਅੱਬੀ ਵੀ ਜੰਗੀਰਕਰ ਤਾਂ ਦੋਸਤੋ ਭਗਵਾਨ ਤਮਾਨ ਦੇ ਆਪ ਸਰਕਾਰ ਦੇ ਵੱਲੋਂ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਗੁਰਦੁਆਰਾ ਸੋਹ ਦਾ ਬੈਲ ਪਾਸ ਕਰਨ ਦੇ ਮੁੱਦੇ ਦੇ ਉੱਤੇ ਭਾਕੇ ਵਿਵਾਦ ਵਿਚਾਲੇ ਬੋਲਦਾ ਇਹ ਜੀ ਪੀਐਸਡੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਕਹਿ ਕੇ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦੇ ਵਿੱਚ ਨਾ ਤਾਂ ਕੇਂਦਰ ਸਰਕਾਰ ਦਖਲ ਅੰਦਾਜ਼ੀ ਕਰ ਸਕਦੇ ਐ ਤੇ ਨਾ ਹੀ ਸੂਬਾ ਸਰਕਾਰ ਐਕਟ ਵਿੱਚ ਸਿਰਫ ਉਹੀ ਤਰਮੀਮ ਹੋਵੇਗੀ ਜੋ ਇਹ ਜੀ ਪੀਐਸੀ ਪਾਸ ਕਰੇਗੀ। ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਅਸਲ ਦੇ ਵਿੱਚ ਇਹ ਸਾਰਾ ਰੌਲਾ ਪਿਆ ਹੀ ਇਸ ਕਰਕੇ ਆਕੇ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਦਾਮੀ ਜੀ ਇਹ ਕਹਿ ਬੈਠੇ ਕਿ ਅਸੀਂ ਟੈਂਡਰਾ ਕਾਲ ਕਰਾਂਗੇ ਬੀਬੀ ਨੇ ਕਿਹਾ ਹੈ ਕਿ ਉਹਨਾਂ ਨੂੰ ਸਿੱਧਾ ਇਹ ਕਹਿਣਾ ਚਾਹੀਦਾ ਸੀ ਕਿ ਅਸੀਂ YouTube ਚੈਨਲ ਸ਼ੁਰੂ ਕਰ ਰਹੇ ਹਾਂ ਜਿਨ੍ਹਾਂ ਨੇ ਬਿਹੱਦਾਂ ਲਿੰਕ ਲੈਣਾ ਹੈ ਤੇ ਉਹ ਸਾਡੀਆਂ ਸ਼ਰਤਾਂ ਦੇ ਅਨੁਸਾਰ ਲੈ ਸਕਦਾ ਤੇ ਬਾਅਦ ਵਿੱਚ ਤੁਹਾਡਾ ਦੂਜਾ ਚੈਨਲ ਚੱਲਦਾ ਰਹੇਗਾ ਤੇ ਆਪਣੇ ਆਪ ਸਭ ਕੁਝ ਠੀਕ ਹੋ ਜਾਵੇਗਾ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਹ ਨਹੀਂ ਕਹਿ ਰਹੇ ਕਿ ਭਗਵੰਤ ਮਾਨ ਨੇ ਸਹੀ ਕੀਤਾ ਹੈ ਮੁੱਖ ਮੰਤਰੀ ਨੇ ਬਿਲਕੁਲ ਗਲਤ ਕੀਤਾ ਤੇ ਉਹਨਾਂ ਨੂੰ ਧਰਮ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਸੀ ਕੇਂਦਰ ਸਰਕਾਰ ਨੇ ਬਿਜਲੀ ਨਿਯਮਾਂ ਦੇ ਵਿੱਚ ਕੀਤੀ ਸੋਧ ਜਿਵੇਂ ਉਸ ਤੋਂ ਕੇਂਦਰ ਸਰਕਾਰ ਨੇ ਮੌਜੂਦਾ ਬਿਜਲੀ ਪ੍ਰਣਾਲੀ ਦੇ ਵਿੱਚ ਦੋ ਮਹੱਤਵਪੂਰਨ ਬਦਲਾਅ ਕਰਨ ਲਈ ਸ਼ੁੱਕਰਵਾਰ ਨੂੰ ਬਿਜਲੀ ਨਿਯਮਾਂ 2020 ਦੇ ਵਿੱਚ ਇੱਕ ਸੋਧ ਪਾਸ ਕੀਤੀ ਹੈ ਤੇ ਇਹ ਤਬਦੀਲੀਆਂ ਟਾਈਮ ਆਫ ਅ ਡੇ ਟਰੈਫਿਕ ਦੀ ਸ਼ੁਰੂਆਤ ਅਤੇ ਸਮਾਰਟ ਮੀਟਰਿੰਗ ਦੇ ਪ੍ਰਬੰਧਾਂ ਦੇ ਤਰਕसंगਤ ਬਣਾਉਣ ਦੇ ਨਾਲ ਸਬੰਧਤ ਹੈ ਦਿਨ ਦੇ ਸਮੇਂ TOD ਟਰੈਕ ਦਾ ਸਿਸਟਮ ਦੇ ਬੱਚਾ ਦਿਨ ਦੇ ਹਰ ਸਮੇਂ ਇੱਕੋ ਦਰ ਤੇ ਬਿਜਲੀ ਦੇ ਲਈ ਚਾਰਜ ਕੀਤੇ ਜਾਣ ਦੇ ਬਜਾਏ ਤੁਹਾਡੇ ਦੁਆਰਾ ਬਿਜਲੀ ਦੇ ਲਈ ਭੁਗਤਾਨ ਕੀਤੀ ਜਾਣ ਵਾਲੀ ਕੀਮਤ ਦਿਨ ਦੇ ਸਮੇਂ ਦੇ ਅਨੁਸਾਰ ਵੱਖ-ਵੱਖ ਹੋਵੇਗੀ TOD ਟਰੈਕ ਪ੍ਰਣਾਲੀ ਦੇ ਤਹਿਤ ਸੂਰਜ ਦੇ ਸਮੇਂ ਦੌਰਾਨ ਟਰੈਕ ਰਾਜ ਬਿਲੀ ਰੈਗੂਲੇਟਰੀ ਕਮਿਸ਼ਨਾਂ ਦੁਆਰਾ ਨਿਰਧਾਰਿਤ ਇੱਕ ਦਿਨ ਵਿੱਚ 8 ਘੰਟੇ ਦੀ ਮਿਆਦ ਆਮ ਟ੍ਰੈਫਿਕ ਦੇ ਨਾਲੋਂ 10 ਤੋਂ ਲੈ ਕੇ 20% ਘੱਟ ਹੋਵੇਗਾ ਜਦਕਿ ਪੀਕ ਘੰਟਿਆਂ ਦੇ ਦੌਰਾਨ ਟ੍ਰੈਫਿਕ 10 ਹੋਵੇਗਾ ਤੋਂ 20% ਦੀ ਵਾਧ ਹੈ ਪੀਓਡੇ ਟ੍ਰੈਫਿਕ ਦਾ 1 ਅਪ੍ਰੈਲ 2024 ਤੋਂ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਦੇ ਲਈ 10 ਕਿਲੋਵਾਟ ਅਤੇ ਇਸ ਤੋਂ ਬਾਅਦ ਦੇ ਸਿਖਰ ਮੰਗ ਵਾਲੇ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਖਪਤਕਾਰਾਂ ਦੇ ਲਈ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ 스마트 ਮੀਟਰ ਵਾਲੇ ਖਪਤਕਾਰਾਂ ਦੇ ਲਈ ਦੰਦਾ ਟ੍ਰੈਪ ਦਾ 스마트 ਮੀਟਰਲ ਗੋਂ ਤੋਂ ਤੁਰੰਤ ਬਾਅਦ ਪ੍ਰਭਾਵੀ ਹੋ ਜਾਵੇਗਾ ਅਗਲੀ ਖਬਰ ਪਰਲ ਜਗ ਗ੍ਰਾਪਰ ਤੇ ਵਿਜੀਲੈਂਸ ਦੀ ਇੱਕ ਹੋਰ ਕਾਰਵਾਈ ਖੁਰਦਬਰ ਦੇ ਕੀਤਿਆਂ ਜਾਇਦਾਦਾਂ ਦਾ ਮੰਗ ਲਿਆ ਹਿਸਾਬ ਪਰਲ ਜਗ ਗ੍ਰਾਪਰ ਦੇ ਬਲੋ ਦੇਸ਼ ਦੇ ਵਿੱਚ ਕੀਤੇ 60000 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਦੇ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਕਾਰਜ ਅਤ ਜਿਸ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਹਾਲਾਂਕਿ ਪਰਲਜ ਗਰੁੱਪ ਦਾ ਮਾਲਕ ਤਾਂ ਪਹਿਲਾਂ ਹੀ ਤਿਹਾਰ ਦੇਲ ਦੇ ਵਿੱਚ ਬੰਦ ਹੈ ਤੈਸ ਦਰਾਂ ਪਰਲਜ ਗਰੁੱਪ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਇਸ ਗਰੁੱਪ ਦੀ ਜਾਇਦਾਦ ਨੂੰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਖੁਰਦਬਾਰ ਦ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਨਾ ਜਾਇਦਾਦਾਂ ਨੂੰ ਖੁਰਦ-ਬਰਦਾ ਕਰਨ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਅਫਸਰਾਂ ਤੇ ਵੀ ਉਂਗਲੀ ਉਠੇਗੀ ਹੁਣ ਤੱਕ ਲੋਧਾ ਕਮੇਟੀ ਦੇ ਵੱਲੋਂ ਪਰਲਜਾ ਗਰੁੱਪਦਿਆਂ 114 ਸੰਪਤੀਆਂ ਵੇਚ ਕੇ ਲਗਭਗ 87 ਕਰੋੜ ਰੁਪਏ ਕਮਾਏ ਜਾ ਚੁੱਕੇ ਹਨ ਤੇ ਇੱਥੇ ਹੀ ਸੇਬੀ ਨੇ ਆਸਟ੍ਰੇਲੀਆ ਦੇ ਸੰਗੇ ਅਦਾਲਤ ਦੇ 3 ਜੂਨ 2020 ਨੂੰ ਆਏ ਫੈਸਲੇ ਦੇ ਮਗਰੋਂ ਆਸਟ੍ਰੇਲੀਆ ਦੇ ਵਿੱਚ ਪੈਂਗਾ ਪਰਲਜ ਗਰੁੱਪ ਦੀਆਂ ਜਾਇਦਾਦਾਂ ਦੇ ਵਿੱਚੋਂ 369.20 ਕਰੋੜ ਰੁਪਏ ਹਾਸਲ ਕੀਤੇ ਹਨ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਮਾਲ ਵਿਭਾਗ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਪਰਲਜ ਗਰੁੱਪ ਦੀਆਂ ਜਾਇਦਾਦਾਂ ਦੀ ਪੜਤਾਲ ਅਤੇ ਇਹਨਾਂ ਸੰਪਤੀਆਂ ਦੇ ਵਿੱਚ ਹੋਏ ਫੇਰਬਦਲ ਨੂੰ ਬੇਰਬੇ ਮੰਗ ਲਏ ਗਏ ਹਨ ਸੂਬੇ ਦੇ ਵਿਕਾਸ ਦੇ ਰਫਤਾਰ ਦੇ ਵਿੱਚ ਅੜਿੱਕੇ ਲਾ ਰਹੀ ਹੈ ਕੇਂਦਰ ਸਰਕਾਰ ਹਰਜੂਤ ਬੈਂਸ ਤਾਂ ਦੋਸਤੋ ਕੈਬਨਟ ਮੰਤਰੀ ਹਰਜੋਤ ਸਿੰਘਾਂ ਬੈਂਸ ਨੇ ਕਹਿ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਦੇ ਰਫਤਾਰ ਦੇ ਵਿੱਚ ਲਗਾਤਾਰ ਰੁਕਾਵਟਾਂ ਪਾ ਰਹੀ ਹੈ। ਕੇਂਦਰ ਸਰਕਾਰ ਨੇ ਪਿੰਡੂ ਵਿਕਾਸ ਫੰਡਾਂ ਤੇ ਨੈਸ਼ਨਲ ਰੂਲਰ ਹੈਲਥ ਮਿਸ਼ਨ ਦੇ ਕਰੋੜਾਂ ਰੁਪਏ ਰੋਕ ਲਏ ਹਨ ਤੇ ਅਜਿਹਾ ਪੰਜਾਬ ਦੇ ਵਿੱਚ ਹੋ ਰਹੀ ਰਿਕਾਰਡ ਤੋੜ ਤਰੱਕੀ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੈ ਕੇ ਗੁੱਸੇ ਦੇ ਵਿੱਚ ਆ ਕੇ ਕੀਤਾ ਹੈ। ਅਗਲੀ ਖਬਰ ਹੈ ਸ਼ਬ ਸੈਨਾ ਦੇ ਵੱਲੋਂ 26 ਜੂਨ ਨੂੰ ਬਟਾਲਾ ਬੰਦ ਕਰਨ ਦਾ ਐਲਾਨ। ਤਾਂ ਦੋਸਤੋ ਸਬ ਸੈਨਾ ਸਮਾਜਵਾਦੀ ਪਾਰਟੀ ਦੇ ਸੰਗਠਨਾਂ ਮੰਤਰੀ ਅਜੀਬਾ ਮਹਾਜਨ ਦੇ ਪ੍ਰਾਤ ਤੇ ਉਹਦੇ ਬੇਟੇ ਤੇ ਹੋਏ ਹਮਲੇ ਦੇ ਰੋਸ਼ ਸ਼ਬਦ ਸਬ ਸੈਨਾ ਬਾਲ ਠਾਕਰੇ ਸਬ ਸੈਨਾ ਸਮਾਜਵਾਦੀ ਅਤੇ ਹੋਰ ਨਾ ਹਿੰਦੂ ਸੰਗਠਨਾਂ ਦੇ ਵੱਲੋਂ ਅੱਜ 26 ਜੂਨ ਨੂੰ ਸੋਮਵਾਰ ਨੂੰ ਬਟਾਲਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੇ ਉੱਤੇ ਹੀ ਭਾਈਪਾ ਬਟਾਲਾ ਇਕਾਈ ਦੇ ਵੱਲੋਂ ਵੀ ਐਸਾ ਐਲਾਨ ਦਾ ਸਮਰਥਨ ਕੀਤਾ ਗਿਆ ਹੈ ਐਚ 1 ਵੀ ਵੀਜਨ ਨੂੰ ਲੈ ਕੇ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਤਾਂ ਦੋਸਤੋ ਅਮਰੀਕਾ ਨਵਿਆਣ ਯੋਗ H-1B ਵੀਜੇ ਦੀ ਸ਼ੁਰੂਆਤ ਕਰਨ ਵਾਲਾ ਹੈ ਅਤੇ ਇਹ ਮਹੱਤਵਪੂਰਨ ਫੈਸਲਾ ਦੇਸ਼ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਾਰਾਂ ਨੂੰ ਇੱਥੇ ਰਹਿਣ ਦੇ ਵਿੱਚ ਮਦਦ ਕਰਨਗੇ ਤੇ ਉਹਨਾਂ ਨੂੰ ਆਪਣੇ ਵਰਕ ਵੀਜ਼ਾ ਦਾ ਨਵੀਨੀਕਰਨ ਕਰਨ ਲਈ ਦੇਸ਼ ਦੀ ਯਾਤਰਾ ਨਹੀਂ ਕਰਨੀ ਪਵੇਗੀ। ਅਮਰੀਕਾ ਨੇ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਸਭਾ ਲੱਖ ਵੀਜੇ ਜਾਰੀ ਕੀਤੇ ਸਨ ਜੋ ਕਿ ਇੱਕ ਰਿਕਾਰਡ ਅਤੇ ਪਿਛਲੇ ਸਾਲ ਇਸ ਅੰਗੰਤਰ ਵਿੱਚ 20% ਵਾਧਾ ਹੋਣ ਦੇ ਨਾਲ ਅਮਰੀਕਾ ਵਿੱਚ ਸਭ ਤੋਂ ਵੱਧ ਗਿਣਤੀ ਵਾਲੇ ਵਦੇਸ਼ੀ ਵਿਦਿਆਰਥੀ ਭਾਈਚਾਰਾ ਬਣਨ ਦੇ ਉਦੇਸ਼ਾਂ ਦੇ ਬੈਕਚਾ ਉਹ ਅੱਗੇ ਵੱਧ ਰਹੇ ਹਨ ਦੂਸਰੀ ਚੀਜ਼ ਇਹ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਇਸ ਸਾਲ ਦੇ ਅਖੀਰ ਬੈਚ ਚ ਕੁਝਾ ਵਿਸ਼ੇਸ਼ ਤਰ੍ਹਾਂ ਦੇ ਟੈਂਪਰੇਰੀ ਵਰਕ ਕਾ ਵੀਜ਼ਾ ਦੇ ਅਮਰੀਕਾ ਵਿੱਚ ਨਵੀਨੀਕਰਨ ਕਰਨ ਦੀ ਸ਼ੁਰੂਆਤ ਕਰਨ ਵਾਲਾ ਹੈ ਅਗਲੀ ਖਬਰ ਹੈ ਭਾਰਤ ਵਿੱਚ ਕਿੰਨੀ ਜ਼ਮੀਨ ਦਾ ਮਾਲਕ ਹੋ ਸਕਦਾ ਹੈ ਇੱਕ ਵਿਅਕਤੀ ਜਾਨੋ ਨਵੇਂ ਨਜ਼ਮਾ ਜੀ ਆ ਦੋਸਤੋ ਦੇਸ਼ ਵਿੱਚ ਜ਼ਮੀਨ ਹਾਜੇ ਵੀ ਨਵੇਸ਼ ਦਾ ਇੱਕ ਬਹੁਤ ਹੀ ਹਾਰਮਨ ਪਿਆਰਾ ਸਾਧਨ ਹੈ ਤੇ ਇਹ ਸਿਰਫ ਨਵੇਸ਼ ਹੀ ਨਹੀਂ ਸਗੋਂ ਕਈ ਸਮਾਜਾਂ ਦੇ ਵਿੱਚ ਆਰਥਿਕ ਸਥਿਰਤਾ ਅਤੇ ਸਥਿਤੀ ਨੂੰ ਵੀ ਦਰਸਾਉਂਦਾ ਹੈ ਤੇ ਇਸ ਦੇ ਲਈ ਭਾਰਤ ਦੇ ਪਿੰਡਾਂ ਜਾਂ ਸ਼ਰਨ ਵਿੱਚ ਸੁਣੇ ਤੋਂ ਇਲਾਵਾ ਜੇ ਕਿਸੇ ਹੋਰ ਸੰਪਤੀ ਨੂੰ ਬਹੁਤਾ ਸਤਕਾਰ ਮਿਲਦਾ ਹੈ ਤਾਂ ਉਹ ਜ਼ਮੀਨਾਂ ਅਤੇ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਖੇਤੀ ਯੋਗ ਜ਼ਮੀਨਾਂ ਕਿੰਨੀ ਖਰੀਦੀ ਜਾ ਸਕਦੀ ਹੈ ਤੇ ਇਸ ਦੇ ਲਈ ਸੂਬਿਆਂ ਦੇ ਵੱਖ-ਵੱਖ ਨਿਯਮਾਂ ਤੇ ਜ਼ਿਆਦਾਤਰ ਸੂਬਿਆਂ ਦੇ ਵਿੱਚ ਇਹਦੇ ਇੱਕ ਹੱਦ ਤੈਅ ਕੀਤੀ ਗਈ ਹਾਲਾਂਕਿ ਗੈਰ ਖੇਤੀ ਵਾਲੀ ਜ਼ਮੀਨਾਂ ਬਾਰੇ ਅਜੇ ਹਾ ਕੋਈ ਨਿਯਮਾ ਨਜ਼ਰ ਨਹੀਂ ਆਉਂਦਾ ਉਦਾਹਰਨਾਂ ਦੇ ਲਈ ਹਰਿਆਣਾ ਵਿੱਚ ਤੁਸੀਂ ਕਿਸੇ ਵੀ ਮਾਤਰਾ ਵਿੱਚ ਗੈਰ ਕਾਸ਼ਤ ਯੋਗ ਜ਼ਮੀਨਾਂ ਖਰੀਦ ਸਕਦੇ ਹੋ ਹਾਲਾਂਕਿ ਇੱਥੇ ਅਸੀਂ ਇਸ ਲੇਖ ਦੇ ਵਿੱਚ ਸਿਰਫ ਬਾਹੀ ਯੋਗ ਜ਼ਮੀਨ ਤੇ ਹੀ ਚਰਚਾ ਕਰਾਂਗੇ ਵੱਖ-ਵੱਖ ਨਿਯਮਾਂ ਭਾਰਤ ਵਿੱਚ ਜ਼ਿੰਮੇਵਾਰੀ ਪ੍ਰਣਾਲੀ ਦੇ ਖਾਤਮੇ ਤੋਂ ਬਾਅਦ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ ਤੇ ਰਾਸ਼ਟਰੀ ਪੱਧਰ ਤੇ ਕਾਝਾ ਬਦਲਾਅ ਕੀਤੇ ਗਏ ਸਨ ਜਦ ਕਿ ਕੁਝ ਅਧਿਕਾਰ ਸੂਬਿਆਂ ਨੂੰ ਦਿੱਤੇ ਗਏ ਸਨ ਇਸ ਲਈ ਹਰ ਸੂਬੇ ਦੇ ਵਿੱਚ ਜਮੀਨਾਂ ਖਰੀਦਣ ਦੇ ਬਾਅਦ ਤੋਂ ਬਾਅਦ ਸੀਮਾ ਦੀ ਵੱਕਰੀ ਹੈ ਇਸ ਤੋਂ ਇਲਾਵਾ ਸੂਬਾ ਖੁਦ ਫੈਸਲਾ ਕਰਦਾ ਕਿ ਖੇਤੀਬਾੜੀ ਵਾਲੀ ਜ਼ਮੀਨਾਂ ਕੌਣ ਖਰੀਦ ਸਕਦਾ ਹੈ ਕੇਰਲ ਵਿੱਚ ਭੂਮੀ ਸੋਧਾ ਕਾਨੂੰਨਾ 1963 ਦੇ ਤਹਿਤ ਇੱਕ ਗੈਰ ਬਿਆਯਾ ਵਿਅਕਤੇ ਸਰਪ 7.5 ਏਕੜ ਤੱਕ ਜ਼ਮੀਨ ਖਰੀਦ ਸਕਦਾ ਹੈ ਤੇ ਇਸ ਦੇ ਨਾਲ ਹੀ 5 ਮੈਂਬਰਾਂ ਵਾਲਾ ਪਰਿਵਾਰ 15 ਏਕੜ ਜ਼ਮੀਨ ਖਰੀਦ ਸਕਦਾ ਹੈ ਤੇ ਮਹਾਰਾਸ਼ਟਰ ਦੇ ਵਿੱਚ ਬਾਹੀਯੋਗ ਜ਼ਮੀਨਾਂ ਸਰਪਾ ਉਹਨਾਂ ਵੱਲੋਂ ਹੀ ਖਰੀਦੀ ਜਾਵੇਗੀ ਜੋ ਪਹਿਲਾਂ ਹੀ ਖੇਤੀ ਕਰ ਰਹੇ ਹਨ ਇੱਥੇ ਵੱਧ ਤੋਂ ਬਾਅਦ ਸੀਮਾ 55 ਏਕੜ ਹੈ ਪੱਛਮੀ ਬੰਗਾਲ ਦੇ ਵਿੱਚ ਵੱਧ ਤੋਂ ਬਾਅਦ 24.25 ਏਕੜ ਜ਼ਮੀਨਾਂ ਖਰੀਦੀ ਜਾ ਸਕਦੇ ਹਿਮਾਚਲ ਪ੍ਰਦੇਸ਼ ਵਿੱਚ ਬੱਤੀ 1 ਏਕੜ ਜ਼ਮੀਨਾਂ ਖਰੀਦੀ ਜਾ ਸਕਦੇ ਆ ਤੇ ਤੁਸੀਂ ਕਰਨਾਟਕ ਵਿੱਚ ਵੀ 54 ਏਕੜ ਜ਼ਮੀਨਾਂ ਖਰੀਦ ਸਕਦੇ ਹੋ ਤੇ ਇੱਥੇ ਵੀ ਮਹਾਰਾਸ਼ਟਰ ਦਾ ਰਾਜ ਲਾਗੂ ਹੈ ਇੱਕ ਵਿਅਕਤੀ ਉੱਤਰ ਪ੍ਰਦੇਸ਼ ਵਿੱਚ ਹਰ ਤੋਂ ਬਾਅਦ 12 ਏਕੜ ਬਾਹੀ ਜੋਗ ਜ਼ਮੀਨਾਂ ਖਰੀਦ ਸਕਦਾ ਤੇ ਬਿਹਾਰ ਵਿੱਚ ਖੇਤੀਬਾੜੀ ਜਾਂ ਗੈਰ ਖੇਤੀ ਵਾਲੀ ਜ਼ਮੀਨ ਸਿਰਫ 15 ਏਕੜ ਤੱਕ ਹੀ ਖਰੀਦੀ ਜਾ ਸਕਦੇ ਹੈ ਸਰਫਾ ਅਸਕੇਤੇ ਦੇ ਨਾਲ ਜੁੜੇ ਲੋਕਾਂ ਹੀ ਗੁਜਰਾਤ ਵਿੱਚ ਖੇਤੀ ਵਾਲੀ ਜ਼ਮੀਨਾਂ ਖਰੀਦ ਸਕਦੇ ਹਨ ਇਹ ਲੋਕਾਂ ਨਹੀਂ ਖਰੀਦ ਸਕਦੇ ਖੇਤੀਬਾੜੀ ਜ਼ਮੀਨਾਂ ਪ੍ਰਵਾਸੀ ਭਾਰਤੀ ਜਾਂ ਵਿਦੇਸ਼ੀ ਨਾਗਰਿਕ ਭਾਰਤ ਵਿੱਚ ਬਾਹੀਯੋਗ ਜ਼ਮੀਨਾਂ ਨਹੀਂ ਖਰੀਦ ਸਕਦੇ ਹਨ ਤੇ ਉਹ ਕੋਈ ਫਾਰਮ ਹਾਊਸ ਜਾਂ ਪਲਾਂਟੇਸ਼ਨ ਜਾਇਦਾਦ ਵੀ ਨਹੀਂ ਖਰੀਦ ਸਕਦਾ ਹਾਲਾਂਕਿ ਜੇ ਕੋਈ ਉਹਨਾਂ ਨੂੰ ਵਿਰਾਸਤ ਵਿੱਚ ਜ਼ਮੀਨਾਂ ਦੇਣਾ ਚਾਹੁੰਦਾ ਹੈ ਤਾਂ ਉਹ ਦੇ ਸਕਦਾ ਹੈ ਆਪ ਤੇ ਬਰੇ ਰਵਨੀਤ ਬਿੱਟੂ ਸਰਕਾਰ ਨੇ ਗਰੀਬਾਂ ਦੇ ਘਟੇ ਨੀਲੇ ਕਾਰਡ ਤਾਂ ਦੋਸਤੋ ਲੁਧਿਆਣਾ ਦੇ ਵਿੱਚ ਸੰਸਦ ਮੈਂਬਰ ਰਵਨੀਤ ਸਿੰਘਾ ਬਿੱਟੂ ਨੇ ਸਰਕਾਟ ਹਾਊਸ ਬੈਚ ਪ੍ਰੈਸ ਕਾਨਫਰੰਸ ਕਰਕੇ ਆਪ ਸਰਕਾਰ ਨੂੰ ਘੇਰਿਆ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਪੱਛਮੀ ਖੇਤਰ ਦੇ 46000 ਗਰੀਬ ਪਰਿਵਾਰਾਂ ਦੇ ਸਮਾਰਟ ਕਾਰਡ ਨੀਲੇ ਕਾਰਡ ਕੱਟ ਦਤੇ ਹੰਤੇ ਇਹ ਲੋਕ ਬਹੁਤ ਗਰੀਬ ਹੰਤੇ ਕੁਝ ਲੋਕ ਅਜਿਹੇ ਹਨ ਜੋ ਕਿ ਅਪਾਜ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ 27 ਜੂਨ ਨੂੰ ਉਹ ਇਹਨਾਂ ਗਰੀਬ ਪਰਿਵਾਰਾਂ ਨੂੰ ਨਾਲ ਲੈ ਕੇ ਮੋਕਾ ਚੌਂਕਾ ਤੇ 1 ਘੰਟੇ ਦੇ ਲਈ ਧਰਨਾ ਦੇਣਗੇ ਸਰਕਾਰ ਦੇ ਕੋਲ ਪੈਸੇ ਨਹੀਂ ਹਨ ਜਿਸ ਦੇ ਕਾਰਨ ਗਰੀਬਾ ਲੋਕਾਂ ਦਾ ਰਾਸ਼ਨ ਨਾ ਬੰਦ ਹੋ ਪਾਰਿਆ ਹੈ ਕਾਂਗਰਸ ਸਰਕਾਰ ਦੇ ਸਮੇਤ ਚੱਲ ਰੀਆਂ ਸਹੂਲਤਾਂ ਨੂੰ ਸਰਕਾਰ ਬੰਦ ਕਰਨ ਤੇ ਤੁਲੇ ਹੋਈਆ ਤੇ 46000 ਲੋਕਾਂ ਦੇ ਰਾਸ਼ਨ ਕਾਰਡ ਕੱਟਣ ਤੋਂ ਬਾਅਦ ਸ਼ਹਿਰ ਦੇ ਵਿੱਚ ਇਸ਼ਤਿਹਾਰੀ ਬੋਰਡ ਲਗਾਏ ਜਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਲੋਕਾਂ ਦੇ ਨੀਲੇ ਕਾਰਡ ਬਹਾਲ ਕੀਤੇ ਜਾਣ ਨਹੀਂ ਤਾਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ